ਤੁਹਾਡੇ ਬਰਾਬਰ ਹੀ ਕੈਂਡੀਡੇਟ ਆਮ ਆਦਮੀ ਪਾਰਟੀ ਤੋਂ ਮੀਤ ਹਿਰੋਰੀ ਖੜ੍ਹੇ ਹੋਏ ਨੇ। ਬੀਤੇ ਦਿਨਾਂ ਨੇ ਉਹਨਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਕਹਿ ਰਹੇ ਸੀਗੇ ਕਿ ਡਿਮਾਂਡ ਹੁੰਦੀ ਹੈ ਲੋਕਾਂ ਦੀ। ਇਹ ਫਿਰ ਝੂਠ ਮਾਰਦੇ ਹੈ ਕਿ ਆਪਣੇ ਮੈਨੀਫੈਸਟੋ 'ਚ ਜਦੋਂ ਝੂਠ ਬੋਲਦੇ ਹੈ। ਸਰਕਾਰਾਂ ਨੇ ਜਿਹੜੇ ਵਾਅਦੇ ਕੀਤੇ ਸੀ, ਭਾਵੇਂ ਅਰਵਿੰਦ ਕੇਜਰੀਵਾਲ ਸੀਗੇ, ਉਹ ਕਹਿੰਦੇ ਸੀਗੇ ਕਿ ਅਸੀਂ ਨਸ਼ਾ ਖਤਮ ਕਰਾਂਗੇ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ। ਫਿਰ ਇਹ ਜਿਹੜੇ ਸੰਕੇਤ ਨੇ ਐਜ਼ ਏ ਕੈਂਡੀਡੇਟ ਉਹਨਾਂ ਦੇ ਇਸ ਤਰੀਕੇ ਨਾਲ ਸ਼ਬਦ ਲੋਕਾਂ ਦੇ ਲਈ, ਅਤੇ ਇਹ ਤਾਂ ਪਾਰਟੀ ਨੂੰ ਦੇਖਣਾ ਚਾਹੀਦਾ ਕਿ ਇਹ ਲੋਕਾਂ ਨੂੰ ਪਾਰਟੀ ਦੇ ਵਿੱਚ ਰੱਖਣਾ ਚਾਹੀਦਾ ਹੈ ਉੱਚੇ ਅਹੁਦਿਆਂ ਦੇ ਉੱਤੇ ਕਿ ਨਹੀਂ ਰੱਖਣਾ ਚਾਹੀਦਾ। ਅਤੇ ਸਮਾਜ ਦੇ ਵਿੱਚ, ਸਾਡੇ ਮੁਲਕ ਦੇ ਵਿੱਚ, ਸਾਡੇ ਸੂਬੇ ਦੇ ਵਿੱਚ, ਕਿ ਇਹ ਚੀਜ਼ਾਂ ਜਿੰਨਾ ਚਿਰ ਨਾ ਮਿਟਾਈਆਂ ਜਾਣ ਉੱਨਾ ਚਿਰ ਆਪਾਂ ਵੱਡੇ ਸਟੇਟਸ ਦੇ ਉੱਤੇ ਨਹੀਂ ਪਹੁੰਚ ਸਕਦੇ। ਅਤੇ ਜਿਹੜੀਆਂ ਸਰਕਾਰਾਂ ਹੈਗੀਆਂ ਇਹਨਾਂ ਨੂੰ ਝੂਠੇ ਵਹਿਦੇ ਨਹੀਂ ਕਰਨੇ ਚਾਹੀਦੇ। ਜਦੋਂ ਮੋਦੀ ਸਾਹਿਬ ਨੇ 10 ਸਾਲ ਪਹਿਲਾਂ ਕਹਿਤਾ ਸੀਗਾ ਘਰ ਘਰ ਨੌਕਰੀ ਮਿਲੂਗੀ, ਅਤੇ ਆਮ ਪਾਰਟੀ ਨੇ ਕਿਹਾ ਹਰੇਕ ਬੀਬੀ ਦੇ ਚੜ੍ਹਦੇ ਮਹੀਨੇ 1000 ਰੁਪਈਆ ਉਹਦੇ ਬੈਂਕ 'ਚ ਆ ਜਾਇਆ ਕਰੂਗਾ। ਹੋਰ ਇੰਦਰਾ ਗਾਂਧੀ ਨੇ ਕਿਹਾ ਸੀਗਾ ਰੋਟੀ ਕੱਪੜਾ ਮਕਾਨ, ਹੈ ਨਾ। ਅਤੇ ਉਹ ਜਦੋਂ ਪੂਰੇ ਨਹੀਂ ਕਰਦੇ, ਲੋਕਾਂ ਨੂੰ ਝਠਾ ਦਿੰਦੇ ਹੈ, ਇਹਦੇ ਨਾਲ ਜਿਹੜੀ ਪਾਰਟੀ ਹੈ ਜਾਂ ਜਿਹੜੀ ਗੌਰਮੈਂਟ ਬਣਦੀ ਹੈ ਉਹਦੇ ਵਿੱਚ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ। ਜਦੋਂ ਵਿਸ਼ਵਾਸ ਟੁੱਟ ਜਾਂਦਾ ਹੈ ਉਦੋਂ ਉਸ ਮੁਲਕ ਦੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਦਨਾਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਹੜੇ ਲੋਕਾਂ ਨੇ ਉਸ ਮੁਲਕ ਦੇ ਵਿੱਚ ਆਪਣਾ ਪੈਸਾ ਦੌਲਤ ਲਾਉਣੀ ਹੁੰਦੀ ਹੈ ਜੀ, ਉਹ ਵੀ ਘਬਰਾਏ ਹੋਏ ਹੁੰਦੇ ਹੈ ਕਿ ਇਹ ਕਹਿੰਦੇ ਕੁਛ ਹੈ ਕਰਦੇ ਹੋਰ ਹੈ। ਸੋ ਇਸ ਤਰ੍ਹਾਂ ਝੂਠ ਬੋਲਣਾ, ਨਸ਼ੇ ਦੇ ਦੇਣੇ ਅਤੇ ਸਮੈਕ ਦੇ ਦੇਣੀ, ਚਿੱਟਾ ਦੇ ਦੇਣਾ, ਉਹਦੇ ਨਾਲ ਵੋਟਾਂ ਲੈ ਲੈਣੀਆਂ, ਇਹ ਸਾਰਾ ਮੇਰਾ ਮਤਲਬ ਨਕਲੀ ਕੰਮ ਜਿਹੜਾ ਪਾਰਟੀਆਂ ਕਰਦੀਆਂ ਇਹ ਸੁਧਾਰਿਆ ਜਾਣਾ ਚਾਹੀਦਾ। ਨਹੀਂ ਤਾਂ ਇਹਦਾ ਬਹੁਤ ਲੰਬੇ ਇਹਦੇ ਅਸਰ ਨਜ਼ਰ ਆਉਣ ਲੱਗ ਪੈਂਦੇ ਆ। ਮਾਨ ਸਾਹਿਬ, ਨਸ਼ਿਆਂ ਦੀ ਗੱਲ ਕੀਤੀ, ਤੁਹਾਡੇ ਬਰਾਬਰ ਹੀ ਕੈਂਡੀਡੇਟ ਆਮ ਆਦਮੀ ਪਾਰਟੀ ਤੋਂ ਮੀਤ ਹਿਰੋਰੀ ਖੜ੍ਹੇ ਹੋਏ ਨੇ। ਬੀਤੇ ਦਿਨਾਂ ਨੇ ਉਹਨਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਕਹਿ ਰਹੇ ਸੀਗੇ ਕਿ ਡਿਮਾਂਡ ਹੁੰਦੀ ਹੈ ਲੋਕਾਂ ਦੀ ਡਰੱਗਸ ਦੀ, ਅਤੇ ਉਹ ਕਿਵੇਂ ਬੰਦ ਹੋਏਗਾ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਲੋਕਾਂ ਦੀ ਡਿਮਾਂਡ ਹੁੰਦੀ ਹੈ। ਸਰਕਾਰਾਂ ਨੇ ਜਿਹੜੇ ਵਾਅਦੇ ਕੀਤੇ ਸੀ, ਭਾਵੇਂ ਅਰਵਿੰਦ ਕੇਜਰੀਵਾਲ ਸੀਗੇ, ਉਹ ਕਹਿੰਦੇ ਸੀਗੇ ਕਿ ਅਸੀਂ ਨਸ਼ਾ ਖਤਮ ਕਰਾਂਗੇ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ। ਫਿਰ ਇਹ ਜਿਹੜੇ ਸੰਕੇਤ ਨੇ ਐਜ਼ ਏ ਕੈਂਡੀਡੇਟ ਉਹਨਾਂ ਦੇ ਇਸ ਤਰੀਕੇ ਨਾਲ ਸ਼ਬਦ ਲੋਕਾਂ ਦੇ ਲਈ। ਇਹ ਫਿਰ ਝੂਠ ਮਾਰਦੇ ਹੈ ਕਿ ਆਪਣੇ ਮੈਨੀਫੈਸਟੋ 'ਚ ਜਦੋਂ ਝੂਠ ਬੋਲਦੇ ਹੈ ਤਾਂ ਫਿਰ ਆਪਣੇ ਮੈਨੀਫੈਸਟੋ ਦੀ ਉਲੰਘਣਾ ਕਰਦੇ ਹੈ। ਅਤੇ ਇਹ ਤਾਂ ਪਾਰਟੀ ਨੂੰ ਦੇਖਣਾ ਚਾਹੀਦਾ ਕਿ ਇਹ ਲੋਕਾਂ ਨੂੰ ਪਾਰਟੀ ਦੇ ਵਿੱਚ ਰੱਖਣਾ ਚਾਹੀਦਾ ਹੈ ਉੱਚੇ ਅਹੁਦਿਆਂ ਦੇ ਉੱਤੇ ਕਿ ਨਹੀਂ ਰੱਖਣਾ ਚਾਹੀਦਾ। ਹੁਣ ਪਾਰਟੀ ਦਾ ਜਿਹੜਾ ਮੈਨੀਫੈਸਟੋ ਹੈ, ਜੇ ਉਹਦੀ ਉਲੰਘਣਾ ਕਰੋਗੇ ਫਿਰ ਤੁਸੀਂ ਪਾਰਟੀ ਦੇ ਨਾਲ ਵਫ਼ਾਦਾਰੀ ਕਿਵੇਂ ਕਰੋਗੇ। ਇਸ ਤਰ੍ਹਾਂ ਹੀ ਇਹੀ ਵਜ੍ਹਾ ਹੈਗੀ ਹੈ ਕਿ ਅੱਜ ਇੱਕ ਪਾਰਟੀ 'ਚੋਂ ਦੂਜੀ ਪਾਰਟੀ ਜਾ ਰਿਹਾ, ਦੂਜੀ 'ਚੋਂ ਤੀਜੀ 'ਚ ਜਾ ਰਿਹਾ। ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਸਥਿਰਤਾ ਕੀ ਹੁੰਦੀ ਹੈ ਕਿਸੇ ਪਾਰਟੀ ਦਾ ਮੈਂਬਰ ਹੋਣ ਤੋਂ ਜੀ। ਹਾਂ ਮਾਨ ਸਾਹਿਬ, ਤੁਸੀਂ ਪੰਥ ਪੰਜਾਬ ਦੀ ਗੱਲ ਕਰਦੇ ਹੋ, ਦੂਜੇ ਪਾਸੇ ਖਹਿਰਾ ਸਾਹਿਬ ਵੀ ਆਏ ਹੋਏ ਨੇ, ਉਹ ਵੀ ਪੂਰੇ ਸਰਗਰਮ ਨੇ, ਉਹਨਾਂ ਦੀ ਵੀ ਸੋਚ ਉਹੀ ਹੈ ਪੰਥ ਪੰਜਾਬ ਵਾਲੀ? ਪਤਾ ਨਹੀਂ ਜੀ, ਮੈਂ ਤਾਂ ਟੋਇਆ ਨਹੀਂ ਹੈਗਾ। ਮੈਂ ਤਾਂ ਦੇਖੋ ਇਹ
ਆਪਣਾ ਲੜ ਰਿਹਾ ਹੈ ਅਤੇ ਜੇ ਮੋਦੀ ਸਾਹਿਬ ਆ ਜਾਣਗੇ ਤਾਂ ਉਹਨਾਂ ਦੇ ਬਾਰੇ ਵੀ ਤੁਸੀਂ ਇਹ ਕਹੋਗੇ ਜਾਂ ਸੋਨੀਆ ਜੀ ਆ ਜਾਣਗੇ ਉਹਨਾਂ ਬਾਰੇ ਵੀ ਇਹ ਕਹੋਗੇ, ਮੈਨੂੰ ਤਾਂ ਲੜਨਾ ਪੈਣਾ ਹੈਗਾ। ਸੋ ਮੇਰੇ ਨਾਲ ਇਹੋ ਜਿਹੀ ਗੱਲ ਕਰਨ ਦਾ ਕੀ ਫਾਇਦਾ ਹੈਗਾ? ਚੰਗੇ ਨੇ ਤਾਂ ਉਹਨਾਂ ਨੂੰ ਵੋਟਾਂ ਜ਼ਿਆਦਾ ਪੈ ਜਾਣਗੀਆਂ, ਜੇ ਨਹੀਂ ਚੰਗੇ ਤਾਂ ਘੱਟ ਪੈ ਜਾਣਗੀਆਂ। ਨਹੀਂ, ਦਬਦਬਾ ਤੁਹਾਡਾ ਵੀ ਪਿੰਡਾਂ ਦੇ ਵਿੱਚ ਪੂਰਾ ਹੈਗਾ ਜੀ। ਅਸੀਂ ਸਾਰੋਂ ਪਿੰਡ ਦੇ ਵਿੱਚ ਘੁੰਮ ਰਹੇ ਸੀਗੇ, ਮੈਂ ਤੁਹਾਨੂੰ ਥੋੜ੍ਹਾ ਦੱਸਣਾ ਚਾਹਾਂਗਾ। ਉੱਥੇ ਬਜ਼ੁਰਗ ਤੁਹਾਡੀ ਤਾਰੀਫ ਬੜੀ ਕਰਦੇ ਸੀਗੇ, ਕਹਿੰਦੇ ਇੱਕ ਇਕੱਲਾ ਬੰਦਾ ਅਜਿਹਾ ਹੈ ਜੋ ਪੰਥ ਪੰਜਾਬ ਦੀ ਗੱਲ ਕਰ ਰਿਹਾ ਪਾਰਲੀਮੈਂਟ ਦੇ ਵਿੱਚ ਜਾ ਕੇ। ਹਾਂ, ਫਿਰ ਮੇਰਾ ਮਤਲਬ ਹੈ ਕਿ ਕੋਈ ਵੀ ਆ ਜਾਏ ਇਲੈਕਸ਼ਨਾਂ 'ਚ ਤਾਂ ਲੜਨਾ ਪੈਂਦਾ। ਹੁਣ ਜੇ ਮੋਦੀ ਸਾਹਿਬ ਆ ਜਾਣਗੇ ਤਾਂ ਵੀ ਮੈਨੂੰ ਲੜਨਾ ਪੈਣਾ। ਹੁਣ ਜਿਹਦਾ ਨਾਂ ਤੁਸੀਂ ਲਿਆ, ਜੇ ਉਹ ਆ ਗਏ ਤਾਂ ਵੀ ਲੜਨਾ ਪਊਗਾ। ਸੋ ਫਰਕ ਕੀ ਪੈਂਦਾ ਹੈਗਾ? ਕੋਈ ਵੀ ਆ ਜਾਏ, ਜਿਹੜੇ ਲੋਕਾਂ ਨੇ ਉਸ ਮੁਲਕ ਦੇ ਵਿੱਚ ਆਪਣਾ ਪੈਸਾ ਦੌਲਤ ਲਾਉਣੀ ਹੁੰਦੀ ਹੈ ਜੀ, ਉਹ ਵੀ ਘਬਰਾਏ ਹੋਏ ਹੁੰਦੇ ਹੈ ਕਿ ਇਹ ਕਹਿੰਦੇ ਕੁਛ ਹੈ ਕਰਦੇ ਹੋਰ ਹੈ। ਸੋ ਇਸ ਤਰ੍ਹਾਂ ਝੂਠ ਬੋਲਣਾ, ਨਸ਼ੇ ਦੇ ਦੇਣੇ ਅਤੇ ਸਮੈਕ ਦੇ ਦੇਣੀ, ਚਿੱਟਾ ਦੇ ਦੇਣਾ, ਉਹਦੇ ਨਾਲ ਵੋਟਾਂ ਲੈ ਲੈਣੀਆਂ, ਇਹ ਸਾਰਾ ਮੇਰਾ ਮਤਲਬ ਨਕਲੀ ਕੰਮ ਜਿਹੜਾ ਪਾਰਟੀਆਂ ਕਰਦੀਆਂ ਇਹ ਸੁਧਾਰਿਆ ਜਾਣਾ ਚਾਹੀਦਾ। ਨਹੀਂ ਤਾਂ ਇਹਦਾ ਬਹੁਤ ਲੰਬੇ ਇਹਦੇ ਅਸਰ ਨਜ਼ਰ ਆਉਣ ਲੱਗ ਪੈਂਦੇ ਆ। ਮਾਨ ਸਾਹਿਬ, ਨਸ਼ਿਆਂ ਦੀ ਗੱਲ ਕੀਤੀ, ਤੁਹਾਡੇ ਬਰਾਬਰ ਹੀ ਕੈਂਡੀਡੇਟ ਆਮ ਆਦਮੀ ਪਾਰਟੀ ਤੋਂ ਮੀਤ ਹਰੋਰੀ ਖੜ੍ਹੇ ਹੋਏ ਨੇ। ਬੀਤੇ ਦਿਨਾਂ ਨੇ ਉਹਨਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਕਹਿ ਰਹੇ ਸੀਗੇ ਕਿ ਡਿਮਾਂਡ ਹੁੰਦੀ ਹੈ ਲੋਕਾਂ ਦੀ ਡਰੱਗਸ ਦੀ, ਅਤੇ ਉਹ ਕਿਵੇਂ ਬੰਦ ਹੋਏਗਾ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਲੋਕਾਂ ਦੀ ਡਿਮਾਂਡ ਹੁੰਦੀ ਹੈ। ਸਰਕਾਰਾਂ ਨੇ ਜਿਹੜੇ ਵਾਅਦੇ ਕੀਤੇ ਸੀ, ਭਾਵੇਂ ਅਰਵਿੰਦ ਕੇਜਰੀਵਾਲ ਸੀਗੇ, ਉਹ ਕਹਿੰਦੇ ਸੀਗੇ ਕਿ ਅਸੀਂ ਨਸ਼ਾ ਖਤਮ ਕਰਾਂਗੇ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ। ਫਿਰ ਇਹ ਜਿਹੜੇ ਸੰਕੇਤ ਨੇ ਐਜ਼ ਏ ਕੈਂਡੀਡੇਟ ਉਹਨਾਂ ਦੇ ਇਸ ਤਰੀਕੇ ਨਾਲ ਸ਼ਬਦ ਲੋਕਾਂ ਦੇ ਲਈ, ਇਹ ਫਿਰ ਝੂਠ ਮਾਰਦੇ ਹੈ ਕਿ ਆਪਣੇ ਮੈਨੀਫੈਸਟੋ 'ਚ ਜਦੋਂ ਝੂਠ ਬੋਲਦੇ ਹੈ ਤਾਂ ਫਿਰ ਆਪਣੇ ਮੈਨੀਫੈਸਟੋ ਦੀ ਉਲੰਘਣਾ ਕਰਦੇ ਹੈ। ਅਤੇ ਇਹ ਤਾਂ ਪਾਰਟੀ ਨੂੰ ਦੇਖਣਾ ਚਾਹੀਦਾ ਕਿ ਇਹ ਲੋਕਾਂ ਨੂੰ ਪਾਰਟੀ ਦੇ ਵਿੱਚ ਰੱਖਣਾ ਚਾਹੀਦਾ ਹੈ ਉੱਚੇ ਅਹੁਦਿਆਂ ਦੇ ਉੱਤੇ ਕਿ ਨਹੀਂ ਰੱਖਣਾ ਚਾਹੀਦਾ। ਹੁਣ ਪਾਰਟੀ ਦਾ ਜਿਹੜਾ ਮੈਨੀਫੈਸਟੋ ਹੈ, ਜੇ ਉਹਦੀ ਉਲੰਘਣਾ ਕਰੋਗੇ ਫਿਰ ਤੁਸੀਂ ਪਾਰਟੀ ਦੇ ਨਾਲ ਵਫ਼ਾਦਾਰੀ ਕਿਵੇਂ ਕਰੋਗੇ? ਇਸ ਤਰ੍ਹਾਂ ਹੀ ਇਹੀ ਵਜ੍ਹਾ ਹੈਗੀ ਹੈ ਕਿ ਅੱਜ ਇੱਕ ਪਾਰਟੀ 'ਚੋਂ ਦੂਜੀ ਪਾਰਟੀ ਜਾ ਰਿਹਾ, ਦੂਜੀ 'ਚੋਂ ਤੀਜੀ 'ਚ ਜਾ ਰਿਹਾ। ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਸਥਿਰਤਾ ਕੀ ਹੁੰਦੀ ਹੈ ਕਿਸੇ ਪਾਰਟੀ ਦਾ ਮੈਂਬਰ ਹੋਣ ਤੋਂ ਜੀ। ਹਾਂ, ਮਨ ਸਾਹਿਬ, ਤੁਸੀਂ ਪੰਥ ਪੰਜਾਬ ਦੀ ਗੱਲ ਕਰਦੇ ਹੋ, ਦੂਜੇ ਪਾਸੇ ਖਹਿਰਾ ਸਾਹਿਬ ਵੀ ਆਏ ਹੋਏ ਨੇ, ਉਹ ਵੀ ਪੂਰੇ ਸਰਗਰਮ ਨੇ, ਉਹਨਾਂ ਦੀ ਵੀ ਸੋਚ ਉਹੀ ਹੈ ਪੰਥ ਪੰਜਾਬ ਵਾਲੀ? ਪਤਾ ਨਹੀਂ ਜੀ, ਮੈਂ ਤਾਂ ਟੋਇਆ ਨਹੀਂ ਹੈਗਾ। ਮੈਂ ਤਾਂ ਦੇਖੋ ਇਹ ਆਪਣਾ ਲੜ ਰਿਹਾ ਹੈ ਅਤੇ ਜੇ ਮੋਦੀ ਸਾਹਿਬ ਆ ਜਾਣਗੇ ਤਾਂ ਉਹਨਾਂ ਦੇ ਬਾਰੇ ਵੀ ਤੁਸੀਂ ਇਹ ਕਹੋਗੇ ਜਾਂ ਸੋਨੀਆ ਜੀ ਆ ਜਾਣਗੇ ਉਹਨਾਂ ਬਾਰੇ ਵੀ ਇਹ ਕਹੋਗੇ, ਮੈਨੂੰ ਤਾਂ ਲੜਨਾ ਪੈਣਾ ਹੈਗਾ। ਸੋ ਮੇਰੇ ਨਾਲ ਇਹੋ ਜਿਹੀ ਗੱਲ ਕਰਨ ਦਾ ਕੀ ਫਾਇਦਾ ਹੈਗਾ? ਚੰਗੇ ਨੇ ਤਾਂ ਉਹਨਾਂ ਨੂੰ ਵੋਟਾਂ ਜ਼ਿਆਦਾ ਪੈ ਜਾਣਗੀਆਂ, ਜੇ ਨਹੀਂ ਚੰਗੇ ਤਾਂ ਘੱਟ ਪੈ ਜਾਣਗੀਆਂ। ਨਹੀਂ, ਦਬਦਬਾ ਤੁਹਾਡਾ ਵੀ ਪਿੰਡਾਂ ਦੇ ਵਿੱਚ ਪੂਰਾ ਹੈਗਾ ਜੀ। ਅਸੀਂ ਸਾਰੋਂ ਪਿੰਡ ਦੇ ਵਿੱਚ ਘੁੰਮ ਰਹੇ ਸੀਗੇ, ਮੈਂ ਤੁਹਾਨੂੰ ਥੋੜ੍ਹਾ ਦੱਸਣਾ ਚਾਹਾਂਗਾ। ਉੱਥੇ ਬਜ਼ੁਰਗ ਤੁਹਾਡੀ ਤਾਰੀਫ ਬੜੀ ਕਰਦੇ ਸੀਗੇ, ਕਹਿੰਦੇ ਇੱਕ ਇਕੱਲਾ ਬੰਦਾ ਅਜਿਹਾ ਹੈ ਜੋ ਪੰਥ ਪੰਜਾਬ ਦੀ ਗੱਲ ਕਰ ਰਿਹਾ ਪਾਰਲੀਮੈਂਟ ਦੇ ਵਿੱਚ ਜਾ ਕੇ। ਹਾਂ, ਫਿਰ ਮੇਰਾ ਮਤਲਬ ਹੈ ਕਿ ਕੋਈ ਵੀ ਆ ਜਾਏ ਇਲੈਕਸ਼ਨਾਂ 'ਚ ਤਾਂ ਲੜਨਾ ਪੈਂਦਾ। ਹੁਣ ਜੇ ਮੋਦੀ ਸਾਹਿਬ ਆ ਜਾਣਗੇ ਤਾਂ ਵੀ ਮੈਨੂੰ ਲੜਨਾ ਪੈਣਾ। ਹੁਣ ਜਿਹਦਾ ਨਾਂ ਤੁਸੀਂ ਲਿਆ, ਜੇ ਉਹ ਆ ਗਏ
ਤਾਂ ਵੀ ਲੜਨਾ ਪਊਗਾ। ਸੋ ਫਰਕ ਕੀ ਪੈਂਦਾ ਹੈਗਾ, ਕੋਈ ਵੀ ਆ ਜਾਏ